ਸਲਾਮ ਅਲੈਕੁਮ ਦੋਸਤੋ, ਉਮੀਦ ਹੈ ਯਾਰ ਤੁਸੀਂ ਠੀਕ ਠਾਕ ਹੋਵੋਗੇ। ਅੱਛਾ ਯਾਰ, ਆਹ ਕੱਲ੍ਹ ਰਾਤ ਦਾ ਵਾਕਿਆ ਵਾ। ਆਹ ਇੱਕ ਸਾਡੇ ਦੋਸਤ ਨੂੰ ਆ ਚੋਰਾਂ ਨੇ ਰੋਕਿਆ, ਅਤੇ ਉਹ ਕੈਮਰੇ ਵਿੱਚ ਰਿਕਾਰਡ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਲੁੱਟਿਆ ਅਤੇ ਕਿਵੇਂ ਉਹਨਾਂ ਦਾ ਮੋਬਾਈਲ ਅਤੇ ਮੋਟਰਸਾਈਕਲ ਖੋਹ ਕੇ ਚਲੇ ਗਏ। ਮੁਕੰਮਲ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਵਿੱਚ। ਆਹ ਦੇਖੋ ਜੀ, ਆ ਕੱਲ੍ਹ ਰਾਤ ਤਕਰੀਬਨ ਕੋਈ 11 ਵਜੇ ਦਾ ਵਾਕਿਆ ਆ। ਆਹ ਇੱਕ ਭਾਈ ਜੀ ਪਹਿਲੇ ਘਰੋਂ ਕੋਈ ਸਮਾਨ ਵਗੈਰਾ ਲੈਣ ਜਾਂਦੇ ਆ, ਅਤੇ ਫਿਰ ਇਹ ਸਮਾਨ ਲੈ ਕੇ ਇੱਕ ਦਫ਼ਾ ਵਾਪਸ ਆਉਂਦੇ ਆ। ਦੂਸਰੀ ਦਫ਼ਾ ਜਦੋਂ ਜਾਣ ਲੱਗਦੇ ਆ ਨਾ, ਉਦੋਂ ਇਹਨਾਂ ਨੂੰ ਲੁੱਟਿਆ ਜਾਂਦਾ। ਉਹ ਇੱਕ ਦਫ਼ਾ ਗਏ ਆ ਅਤੇ ਕੁਛ ਦੇਰ ਬਾਅਦ ਵਾਪਸ ਆ ਜਾਂਦੇ ਆ। ਆ ਵਾਪਸ ਆਏ ਹੁਣ, ਹੁਣ ਦੇਖਦੇ ਆ ਅੱਗੇ ਕਿਵੇਂ ਕਿਵੇਂ ਉਰੇ ਡਾਕੂ ਆਉਂਦੇ ਆ, ਇੱਥੇ ਆ ਕੇ ਬੈਠ ਜਾਂਦੇ ਆ ਅਤੇ ਇਹਨਾਂ ਦਾ ਦੁਬਾਰਾ ਵੇਟ ਕਰਦੇ ਆ, ਉਹ ਜਿਵੇਂ ਉਹਨਾਂ ਨੂੰ ਮੁਕਬਰੀ ਹੋਵੇ ਜਾਂ ਉਹਨਾਂ ਨੂੰ ਕੋਈ ਦੱਸਣ ਵਾਲਾ ਹੋਵੇ। ਪਤਾ ਨਹੀਂ ਹੁਣ ਕੀ ਚੀਜ਼ ਆ, ਹਾਲੇ ਦੇਖਾਂਗੇ ਅੱਗੇ ਅੱਗੇ ਅਸੀਂ ਇਹਨਾਂ ਦੀ ਤਹਿ ਤੱਕ ਪਹੁੰਚਦੇ ਹਾਂ ਕਿ ਨਹੀਂ। ਉਹ ਦੇਖੋ 2 ਡਾਕੂ ਆ ਰਹੇ ਆ, ਦੇਖੋ ਇਹਨਾਂ ਕੋਲ ਰਾਈਫਲ ਵੀ ਹੈ। ਕਮਾਲ ਨਹੀਂ ਹੋ ਗਈ ਯਾਰ, ਕਿਵੇਂ ਦੇਖੋ ਆਜ਼ਾਦੀ ਨਾਲ ਫਿਰ ਰਹੇ ਆ। ਇੱਥੇ ਆ ਕੇ ਲੁਕਣਗੇ ਅਤੇ ਆਹ ਦੇਖੋ ਇੱਥੇ ਆ ਕੇ ਬੈਠ ਗਏ, ਵੇਟ ਕਰ ਰਹੇ ਆ ਹੁਣ ਵੀ ਕੋਈ ਮੋਟਰਸਾਈਕਲ ਵਾਲਾ ਆਵੇ ਅਤੇ ਉਹਨਾਂ ਨੂੰ ਲੁੱਟੀਏ। ਦੇਖੋ ਮੋਟਰਸਾਈਕਲ ਦੀ ਲਾਈਟ ਤਾਂ ਆ ਰਹੀ ਹੈ, ਦੇਖ ਤਕਰੀਬਨ ਕੋਈ ਆ ਰਿਹਾ ਵਾ। ਇਹ ਦੇਖਦੇ ਹਾਂ ਅੱਗੇ ਅੱਗੇ ਕੀ ਹੁੰਦਾ ਵਾ। ਯਾਰ ਬੜੀ ਹਿੰਮਤ ਹੈ ਇਹਨਾਂ ਦੀ, ਦੇਖੋ ਕਿਵੇਂ ਆ ਕੇ ਕੈਮਰਿਆਂ ਦੇ ਹੁੰਦੇ ਹੋਏ ਇਹਨਾਂ ਨੇ ਚੋਰੀ ਕੀਤੀ ਇਹ। ਮੋਟਰਸਾਈਕਲ ਦੀ ਲਾਈਟ ਕਰੀਬ ਆ ਗਈ, ਆ ਪਈ ਜਾ ਰਹੇ ਨੇ ਮੋਬਾਈਲ ਸੁਣਦੇ ਹੋਏ। ਉਹ ਦੇਖੋ ਉੱਧਰੋਂ ਨਿਕਲਿਆ ਏ ਦੋਨੇ ਉਹ ਨਾ, ਉਹ ਦੇਖੋ ਦੇਖੋ ਰੋਕ ਲਿਆ ਇਹਨਾਂ ਨੇ। ਉਹ ਇੱਕ ਬੰਦੂਕ ਵਾਲੇ ਨੇ ਬੰਦੂਕ ਵੀ ਤਾਣ ਲਈ ਇਹਦੇ 'ਤੇ। ਹੁਣ ਥੋੜ੍ਹਾ ਹੱਥਾਪਾਈ ਹੋ ਰਹੀ ਹੈ ਇਹਨਾਂ ਨਾਲ, ਮੋਬਾਈਲ ਖੋਹ ਰਹੇ ਨੇ ਉਹਦੇ ਕੋਲੋਂ। ਉਹ ਦੇਖੋ ਬੰਦੂਕ ਵੀ ਸਿੱਧੀ ਕਰ ਰਿਹਾ, ਪਰ ਭਾਈ ਮੁਜ਼ਾਹਮਤ ਕਰ ਰਹੇ ਨੇ। ਮੇਰੇ ਖਿਆਲ 'ਚ ਮੁਜ਼ਾਹਮਤ ਨਹੀਂ ਕਰਨੀ ਚਾਹੀਦੀ ਯਾਰ ਇਹਨਾਂ ਦੇ ਨਾਲ ਨਾ। ਦੇਖੋ ਤਾਂ ਸਹੀ ਕਿੰਨਾ ਬੇਖੌਫ ਹੋ ਕੇ ਇਹਨਾਂ ਨਾਲ ਲੜ ਰਹੇ ਆ। ਉਹਦੀਆਂ ਜੇਬਾਂ ਵੀ ਚੈੱਕ ਕਰ ਰਹੇ ਆ। ਆਹ ਦੇਖੋ ਜੀ, ਉਹਨੂੰ ਮੋਟਰਸਾਈਕਲ ਤੋਂ ਲਾਤਾ, ਹੁਣ ਉਹਨੂੰ ਕਹਿ ਰਹੇ ਆ ਕਿ ਕੱਪੜੇ ਉਤਾਰ। ਉਹ ਦੇਖੋ ਉਹਦਾ ਕਮੀਜ਼ ਪਤਾ ਨਹੀਂ ਚੈੱਕ ਕਰ ਰਹੇ ਆ ਕੀ ਕਰ ਰਹੇ ਆ। ਦੇਖੋ ਜੀ, ਇਹ ਕੱਲ੍ਹ ਰਾਤ ਦਾ ਵਾਕਿਆ ਵਾ। ਆਹ ਦੇਖੋ ਉਹਨੂੰ ਭਜਾ ਰਹੇ ਆ ਕਿ ਇੱਥੋਂ ਚਲਿਆ ਜਾ। ਉਹ ਭਾਈ ਜਾਨ ਚਲੇ ਗਿਆ ਵਾਪਸ, ਮੋਟਰਸਾਈਕਲ ਸਟਾਰਟ ਕਰ ਲਿਆ ਇਹਨਾਂ ਨੇ। ਅਤੇ ਉਹ ਦੇਖੋ ਜੀ, ਹੁਣ ਆਹ ਭਾਈ ਨੇ ਪਿੱਛੋਂ ਪਤਾ ਨਹੀਂ ਕੋਈ ਚੀਜ਼ ਮਾਰੀ ਵੀ ਆ, ਪਰ ਉਹ ਮੋਟਰਸਾਈਕਲ ਲੈ ਗਏ ਨੇ, ਭੱਜ ਗਏ ਨੇ ਉਹ। ਪਰ ਯਾਰ ਦੇਖੋ ਕਿਵੇਂ ਸਰੇਆਮ ਫਿਰ ਰਹੇ ਅੱਜ ਕੱਲ੍ਹ ਚੋਰ, ਸੋ ਅਹਿਤਿਆਤ ਕਰੋ। ਭਾਈ ਜਾਨ ਵਾਪਸ ਆ ਰਹੇ ਆ ਹੁਣ ਇੱਥੇ। ਕਿਸੇ ਨੂੰ ਦਿਹਾਤੀ ਇਲਾਕਾ ਕਿਸੇ ਨੂੰ ਬੰਦਾ ਜਲਦੀ ਜਲਦੀ ਦੱਸ ਵੀ ਨਹੀਂ ਸਕਦਾ ਨਾ ਸੱਦ ਸਕਦਾ। ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ ਇਹਨਾਂ ਦਾ। ਬੜੀ ਮਿਹਰਬਾਨੀ।